ਪੰਜਾਬੀ ਮਾਤਾ ਪੁੱਤਾਂ ਨਾਲ ਦਰੀਨ ਨਵਦੀਨ ਕੌਰ ਮੈਂ ਤੁਹਾਡੇ ਮੂਹਰੇ ਫੇਰ ਹਾਜ਼ਰ ਹਾਂ ਪਾਕਿਸਤਾਨ ਦਾ ਫੇਵਰਟ ਚੈਨਲ ਜਾਵੇ ਚੌਧਰੀ ਲੰਨ ਲੌਂਡਾ ਨਵਦੀਨ ਸਨ 1971 ਦੀ ਗੱਲ ਹੈ ਪਾਕਿਸਤਾਨ ਦੇ ਵਿੱਚ ਲੁੱਲਾ ਫਲੀ ਕਾਰ ਭੁੱਟੋ ਦੀ ਸਰਕਾਰ ਹੁੰਦੀ ਸੀ ਤੇ ਇੰਡੀਆ ਦੇ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਹੁੰਦੀ ਸੀ ਇੰਦਰਾ ਗਾਂਧੀ ਸਰਕਾਰ ਨੇ ਪਾਕਿਸਤਾਨ ਤੇ ਹਮਲਾ ਕੀਤਾ ਤੇ ਪਾਕਿਸਤਾਨ ਨੇ 90,000 ਲੌਂਡਿਆਂ ਨੂੰ ਉੱਥੇ ਬੰਦੀ ਬਣਾ ਲਿਆ ਗਿਆ ਤੇ ਬੰਗਲਾਦੇਸ਼ ਬਣਾ ਦਿੱਤਾ ਗਿਆ 1971 ਈਸਵੀ ਦੇ ਵਿੱਚ 90,000 ਜਿਹੜੇ ਪਾਕਿਸਤਾਨ ਦੇ ਲੋਕਾਂ ਨੂੰ ਉਹਨਾਂ ਨੇ ਬੰਦੀ ਬਣਾਇਆ ਉਹਨਾਂ ਵਿੱਚ ਤਕਰੀਬਨ 30,000 ਪਾਕਿਸਤਾਨ ਦੇ ਪਿਸ਼ਾਵਰ ਲਾਹੌਰ ਤੇ ਮੁਲਤਾਨ ਦੀਆਂ ਟੌਪ ਦੀਆਂ ਗਸਤੀਆਂ ਸਨ ਉਹਨਾਂ ਗਸਤੀਆਂ ਦੀ ਖੁਦ ਵੀ ਇੰਡੀਅਨ ਆਰਮੀ ਨੇ ਮਾਰੀ ਉਹ ਇੰਡੀਅਨ ਆਰਮੀ ਨੇ ਜਦੋਂ ਉਹਦੀ ਖੁਦ ਵੀ ਮਾਰੀ ਤਾਂ ਉੱਥੋਂ ਹੀ ਇੱਕ ਗਸਤੀ ਨੂਰ ਵੱਲੋਂ ਲਾਉਂਦੀ ਜਿਹੜੀ ਸੀ ਉਹਦੇ ਖੁਦ ਦੇ ਵਿੱਚ ਕਈ ਤਰ੍ਹਾਂ ਦੇ ਲੰਘ ਆਏ ਪੰਜਾਬ ਦੇ ਹਿਮਾਚਲ ਦੇ ਰਾਜਸਥਾਨ ਦੇ ਆਂਧਰਾ ਪ੍ਰਦੇਸ਼ ਦੇ ਤਾਂ ਉੱਥੋਂ ਇੱਕ ਲੌਂਡੇ ਨੇ ਜਨਮ ਲਿਆ ਜਿਸ ਲੌਂਡੇ ਦਾ ਨਾਂ ਜਾਦਮੀਤ ਰੱਖਿਆ ਗਿਆ ਇਸ ਲੌਂਡੇ ਨੇ ਸਹੁੰ ਖਾਧੀ ਕਿ ਉਹ ਪਾਕਿਸਤਾਨ ਦੀ ਸਾਰੀ ਕੁੜੀ ਨੂੰ ਆਪਣੀ ਭੈਣ ਬਣਾ ਕੇ ਉਹਨਾਂ ਦੀ ਪਹਿਲਾਂ ਖੁਦੀ ਇੰਡੀਆ ਤੇ ਅਮਰੀਕਾ ਨੂੰ ਬੱਚੇਗਾ ਤੇ ਫਿਰ ਪਤਾ ਲਗਾਏਗਾ ਕਿ ਇੰਡੀਆ ਦੇ ਵਿੱਚ ਅਸਲੀ ਪਿਓ ਕੌਣ ਹੈ ਇਹ ਆਪਣੇ ਪਿਓ ਦਾ ਪਤਾ ਲਗਾਉਣ ਲਈ ਇਹਨੇ ਕਾਫੀ ਭੱਜ ਦੌੜ ਕੀਤੀ ਹੈ ਤੇ ਜ਼ੋਰ ਜ਼ੋਰ ਪੂਰਾ ਲਾਇਆ ਪਰ ਇਹਨੂੰ ਆਪਣਾ ਪਿਓ ਨਹੀਂ ਲੱਭ ਸਕਿਆ ਤਾਂ ਹਾਰ ਕੇ ਨੇ ਪਾਕਿਸਤਾਨ ਦੇ ਵਿੱਚ ਮੇਰਾ ਪਿਓ ਲੱਭੋ ਨਾਂ ਦਾ ਇੱਕ ਕੰਮ ਕਾਰੋਬਾਰ ਸ਼ੁਰੂ ਕੀਤਾ ਇਹਨੇ ਆਪਣਾ ਪਿਓ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਤਾਂ ਅਖੀਰ ਇਹਨੇ ਹੁਣ ਇਹ ਫੈਸਲਾ ਕੀਤਾ ਕਿ ਬੇਕਅਪ ਪਿਓ ਲੱਭੋ ਪਾਕਿਸਤਾਨ ਵਾਲਾ ਪ੍ਰੋਗਰਾਮ ਚਲਾਇਆ ਜਿੱਥੇ ਜਾ ਕੇ ਇਹਨੇ ਪਾਕਿਸਤਾਨੀ ਲੌਂਡੀਆਂ ਦੀਆਂ ਫੁੱਦੀਆਂ ਚੈੱਕ ਕੀਤੀਆਂ ਤੇ ਦੇਖਿਆ ਕਿ ਕਿਹੜੀ ਫੁੱਦੀ ਆਪਦੀ ਮਾਂ ਦੀ ਫੁੱਦੀ ਦੇ ਨਾਲ ਵੀ ਮਿਲਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਹਨੇ ਵੀ ਕਦੇ ਇੰਡੀਆ ਦੇ ਲੰਨ ਲਏ ਹਨ ਕਿ ਨਹੀਂ ਲਏ ਆਪਣੇ ਪਿਓ ਲੱਭਣ ਦੀ ਭਾਲ ਦੇ ਵਿੱਚ ਇੰਡੀਅਨ ਆਰਮੀ ਦੇ ਕੋਲ ਕਸ਼ਮੀਰ ਜਾਂਦਾ ਸੀ ਉਹਨਾਂ ਦੇ ਲੰਨਾਂ ਦੀ ਮੁੱਠ ਮਾਰਦਾ ਸੀ ਅਤੇ ਉਹਨਾਂ ਦੇ ਲੰਨਾਂ ਦੇ ਚਾਹੇ ਦੇਖਦਾ ਸੀ ਕਿ ਜਿਹੜਾ ਇਹਦੀ ਮਾਂ ਦੇ ਫੁੱਦੇ ਜਿਹੜਾ 7 ਇੰਚੀ ਲੰਨ ਗਿਆ ਸੀ ਉਹ ਕਿਹਦਾ ਸੀ ਆਪਣੀ ਮਾਂ ਦੇ ਫੁੱਦੇ ਦੇ ਵਿੱਚ ਉਸਨੇ ਜਿਹੜਾ ਤਰਲ ਪਦਾਰਥ ਨੂੰ ਮਿਲਿਆ ਸੀ ਮਾਂ ਨੇ ਦਿੱਤਾ ਸੀ ਉਹ ਤਰਲ ਪਦਾਰਥ ਵੀ ਇੰਡੀਆ ਦੇ ਸੈਨਿਕ ਜਦੋਂ ਮੁੱਠ ਮਾਰਦਾ ਹੀ ਚੈੱਕ ਕਰਦਾ ਸੀ ਵੀ ਕਿਹਦੇ ਲੰਨ ਤੋਂ ਕਿਹੜਾ ਤਰਲ ਪਦਾਰਥ ਨਿਕਲਿਆ ਇਸ ਤਰ੍ਹਾਂ ਇਸ ਗੰਡੂ ਨੇ ਪਾਕਿਸਤਾਨ ਦਾ ਬਹੁਤ ਨਾਂ ਰੋਸ਼ਨ ਕੀਤਾ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਹੁਣ ਇਹਦਾ ਬੁੜਾ ਨਹੀਂ ਲੱਭ ਰਿਹਾ ਹੈ ਤੇ ਅੰਮ੍ਰਿਤਕਰ ਜੀ ਰਿਹਾ ਅੱਗੇ ਕੋਟਰਾ ਇੱਕ ਵੀ ਸ਼ਾਕਾ ਸੀ ਉਸ ਟਾਈਮ ਸ਼ਿਮਲੇ ਅੰਮ੍ਰਿਤਕਰ ਜੀ ਗਿਆ ਸੀ ਤੇ ਉਹਨੇ ਹੀ ਇਹਦੀ ਮਾਂ ਚੁੱਕਦੀ ਸੀ ਇਹਦੀ ਭਾਲ ਦੇ ਵਿੱਚ ਤੁਹਾਨੂੰ ਜੇ ਪਤਾ ਲੱਗਦਾ ਹੈ ਕਿਸੇ ਚੀਜ਼ ਦਾ ਤੁਹਾਨੂੰ ਜੇਕਰ ਪਤਾ ਲੱਗਦਾ ਹੈ ਕਿ ਤੁਹਾਨੂੰ ਕੋਈ ਏਜੰਡੀ ਜਾਣਦਾ ਹੈ ਜਿਹਨੇ ਤੁਹਾਡੀ ਬੁੜੀ ਦੀ ਵੀ ਖੁੱਦੀ ਮਾਰੀ ਹੋਵੇ ਤੇ ਜਦਮੀ ਦੀ ਬੁੜੀ ਦੀ ਵੀ ਖੁੱਦੀ ਮਾਰੀ ਹੋਵੇ ਤਾਂ ਤੁਸੀਂ ਪਲੀਜ਼ ਜਾਦਮੀ ਨੂੰ ਦੱਸੋ ਤਾਂ ਕਿ ਜਾਦਮੀ ਤਾਂ ਆਪਣਾ ਬੁੜਾ ਲੱਭ ਸਕੇ ਪਤਾ ਲੱਗ ਸਕੇ ਜਾਦਮੀ ਦਾ ਸਿਰ ਪਿਓ ਕੌਣ ਹੈ ਜਾਂ ਮਾਂ ਦਾ ਲੋੜਾ ਹੈ।